ਅਗਲੀ ਕਬੱਡੀ ਪਾਉਣ ਦੇ ਨੌਜਵਾਨ ਵਾਧਾ ਹੋਇਆ ਖੇਡ ਮੈਦਾਨ ਦੇ ਵਿੱਚ ਕਿ ਮੈਂ ਨੇ ਦੁੱਧ ਪਾਉਣਾ ਡੈਰੀ ਵਿੱਚੋਂ ਬੰਦ ਕੀਤਾ ਕਹਿੰਦੀ ਪੁੱਤ ਨੂੰ ਬਣਾਉਂਗੀ ਰਿੜਕੇ ਦਾ ਇਹਨੂੰ ਪਲਾ ਛੰਨਾ ਦੇਸੀ ਘਿਓ ਦੀ ਚੂੜੀ ਖਵਾਉਂਗੀ ਮੈਂ ਸੋਹਣੇ ਡੌਲੇ ਤੇ ਬੰਨ ਕੇ ਤਵੀਤ ਕਾਲਾ ਬੁਰੀਆਂ ਨਜ਼ਰਾਂ ਕੋਲ ਬਚਾਉਂਗੀ ਮੈਂ ਧਰਮੀ ਤੁੰਗਾ ਜਿੱਤ ਕੇ ਜਾਂ ਘਰ ਆਊ ਮੱਥਾ ਚੁੰਮ ਕੇ ਗਾਨਰ ਲਾਉਂਗੀ ਮੈਂ ਮੱਥਾ ਚੁੰਮ ਕੇ ਗਾਨਰ ਲਾਉਂਗੀ ਮੈਂ ਰਮਦਾਨ ਦੇ ਵਿੱਚ ਖੇਡ ਦੇ ਮੈਦਾਨ ਦੇ ਵਿੱਚ ਇਸ ਸਮੇਂ ਲਾਡੀ ਚੰਗਲਵਾਲ ਦੀ ਧਰਤੀ ਦਾ ਮੈਂ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੁੜ ਰਹੇ ਆ ਕਾਲੇ ਲਹਿਰ ਵੱਲੋਂ ਇੱਕ ਸਾਰਬੀਆ ਜਾਫੀਆਂ ਲਈ ਉਧਰੋਂ ਧੀਰਾ ਮੈਦਾਨ ਦੇ ਵਿੱਚ ਗੁੱਟ ਵੜਿਆ ਹੋਇਆ ਕਹਿੰਦੇ ਦੁਨੀਆਂ ਦਾ ਟਾਪ ਦਾ ਜਾਫੀ ਮੰਨਿਆ ਗਿਆ ਪੰਜਾਬ ਦੇ ਵਿੱਚ ਇਹ ਆ ਕਹਿੰਦੇ ਵੱਖੋ ਵੱਖਰੇ ਕਬੱਡੀ ਕੱਪਾਂ ਦਾ ਜੇਤੂ ਖਿਡਾਰੀ ਇਸ ਨੇ ਧੀਰਾ ਮੈਦਾਨ ਦੇ ਵਿੱਚ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੁੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਵਾਧਾ ਹੋਇਆ ਮੈਦਾਨ ਦੇ ਵਿੱਚ ਉਧਰ ਵੇਖਾਂਗੇ ਕਿ ਬੈਠ ਕੇ ਆਈ ਟਵੰਟੀ ਚ ਸੀਸੇ ਚੜ ਕੇ ਏਸੀ ਲਾਉਂਦੀ ਸਾਡੇ ਕਰਮਾਂ ਵਿੱਚ ਮੁੰਨੀ ਉਹ ਵੀ ਨਾ ਕਦੇ ਟਾਈਮ ਤੇ ਆਉਂਦੀ ਖੜੇ ਰਹਿੰਦੇ ਆ ਅੱਡਿਆਂ ਚੋਂ ਜਿਵੇਂ ਖੇਤਾਂ ਵਿੱਚ ਗੱਡੇ ਹੁੰਦੇ ਨੇ ਡਰਨੇ ਇਹ ਕੋਰਸ ਗੁਰਸ ਜੇ ਸਾਡੇ ਵਸਦੇ ਰੋਗ ਨਹੀਂ ਕਰਨੇ ਇਹ ਕੋਰਸ ਗੁਰਸ ਜੇ ਸਾਡੇ ਵਸਦੇ ਰੋਗ ਨਹੀਂ ਕਰਨੇ ਉਧਰੋਂ ਨੀਲੀ ਨਿੱਕਰ ਵਾਲਾ ਮੁੰਡਾ ਦਾ ਨਾਂ ਕੀ ਹੈ ਇਧਰਲੀ ਸਾਈਡ ਹਰਮਨ ਜਿੰਨੇ ਜਫੇ ਲਾਊ ਭਾਈ ਗੁਰਪ੍ਰੀਤ ਸਾਡਾ ਵੀ ਕੈਨੇਡਾ ਵਾਲਾ ਉਹਨੇ 100 ਰੁਪਏ ਹਰਮਨ ਦੇ ਵਾਸਤੇ ਮਾਣ ਹੋਣਗੇ ਵਾਹ ਵੀ ਵਾਹ ਹੋ ਪਾਓ ਨੌਜਵਾਨਾ ਹੋ ਬੱਲੇ 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 ਹੁਣ ਜੋ ਸੀ ਵੀ ਜੋ ਸਾਡਾ ਵੀਰ ਇੱਕ 100 ਰੁਪਇਆ ਇੱਕ 100 ਰੁਪਇਆ ਅਣਖੋਲ ਉਸ ਵੀਰ ਵੱਲੋਂ ਮਾਣ ਪੁੱਟਿਆ ਮੈਂ ਵੀਰ ਹਰਮਨ ਜਿੰਨੇ ਜਫੇ ਲਾਵੇਗਾ ਉਹਨੇ ਮਾਣ ਹੋਣਗੇ ਕੈਨੇਡਾ ਵਾਲਾ ਵੀਰ ਉਧਰ ਤੂੰ ਸੋਹਣਾ ਵੀਰ ਸਾਡਾ ਬੈਠਾ ਹੋਇਆ ਵੱਧ ਮਾਰਦਾ ਬਹੁਤ ਬਹੁਤ ਧੰਨਵਾਦ ਜੀ ਆ ਮੇਰੇ ਵੀਰ ਉਧਰ ਸਾਡੇ ਵਾਸਤੇ ਵੀ ਵੀਰ ਬਾਸਰਾ ਮਾਣ ਭੇਜਦਾ ਹੋ ਬਾ ਕਮਲੀਆ ਇਸੇ ਨੂੰ ਲੱਗਿਆ ਜਫਾ ਪੁਆਇੰਟ ਜਾਫੀ ਦਾ ਉਧਰੋਂ ਅਗਲੀ ਕਬੱਡੀ ਦਾ ਮੈਦਾਨ ਦੇ ਵਿੱਚ ਪਾਉਣ ਦੇ ਲਈ ਲਹਿਣ ਵਾਲਾ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਕਬੱਡੀ ਉਧਰ ਵੇਖਾਂਗੇ ਨੌਜਵਾਨ ਖਿਡਾਰੀ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਗੁਰਬੀ ਸਾਹਿਬ ਕੈਨੇਡਾ ਵਾਲੇ ਬੈਠੇ ਨੇ ਕਿ ਤੂੰ ਤਾਂ ਜਨਮ ਨਾ ਮਨਾਵੇ ਹੱਥ ਤੋਹਫੇ ਵਿੱਚ ਮਾਰੇ ਵੱਡੀ ਕਾਰ ਨੂੰ ਸਾਡਾ ਤਾਂ ਜਨਮ ਸਾਡੀ ਬੇਬੇ ਨੂੰ ਨਹੀਂ ਪਤਾ ਕਹਿੰਦੀ ਹੋਇਆ ਸੀ ਤੂੰ ਪੁੱਤ ਵੀਰਵਾਰ ਨੂੰ ਦੇਸੀ ਪਹਿਰਾਵਾ ਸਾਡਾ ਕੁੜਤਾ ਪਜਾਮਾ ਸਾਨੂੰ ਟੌਮੀ ਦੀਆਂ ਜੀਨਾਂ ਨਹੀਂ ਪਾਉਂਦੀਆਂ ਚੱਲ ਮਨਜੀਤ ਚੱਲ ਚੱਲੀਏ ਸ਼ਹਿਰ ਵਾਲੀਆਂ ਨਾ ਪੇਂਡੂਆਂ ਚਾਹੁੰਦੀਆਂ ਮੈਂ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਨੌਜਵਾਨ ਖਿਆਲੀ ਵਾਲਾ ਮੈਂ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੁੜ ਰਹੇ ਆ ਹੈਲੋ ਚਾਪੀ ਨੌਜਵਾਨਾਂ ਲਾਹੌਰ ਵਾਲਿਆ ਪਾਕ ਬੈਠੇ ਸਾਹਮਣੇ ਲਾਹੌਰ ਦੀ ਟੀਮ ਦਾ ਤੁਹਾਡੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਕਿ ਬੈਠ ਕੇ ਆਈ ਟਵੰਟੀ ਚ ਬੈਠ ਕੇ ਆਈ ਟਵੰਟੀ ਚ ਬਈਕ ਮੇਕਰ ਢੋਲ ਮਾਜਰੇ ਵੱਲੋਂ ਇਹ ਚਾਨਣ ਵਾਲੀ ਧੀਰੇ ਦੇ ਲਈ 100 ਦੇ ਮਾਣ ਜਿਹੜੇ ਪੁੱਜੇ ਆ ਕਿ ਬੈਠ ਕੇ ਆਈ ਟਵੰਟੀ ਚ ਸ਼ੀਸ਼ੇ ਚਾੜ ਕੇ ਏਸੀ ਲਾਉਂਦੀ ਸਾਡੇ ਕਰਮਾਂ ਵਿੱਚ ਮੈਨੇ ਜਿਹੜੀ ਨਾ ਕਦੇ ਟਾਈਮ ਤੇ ਆਉਂਦੀ ਕਿ ਖੜੇ ਰਹਿੰਦੇ ਆ ਅੱਡਿਆਂ ਤੇ ਜਿਵੇਂ ਗੱਡੇ ਹੁੰਦੇ ਨੇ ਖੇਤਾਂ ਵਿੱਚ ਡਰਨੇ ਇਹ ਕੋਰਸ ਕੂਰਸ ਜੇ ਸਾਡੇ ਵੱਸ ਦੇ ਰੋਗ ਨਹੀਂ ਕਰਨੇ ਇਹ ਕੋਰਸ ਕੂਰਸ ਜੇ ਸਾਡੇ ਵੱਸ ਦੇ ਰੋਗ ਨਹੀਂ ਕਰਨੇ ਕਿ ਬਾਪੂ ਕਹਿੰਦਾ ਕਰ ਖੇਤੀ ਅਸੀਂ ਤਾਂ ਪੜ੍ਹ ਲਓ ਜਿਹੜੇ ਪੜ੍ਹਨੇ ਇਹ ਕੋਰਸ ਕੂਰਸ ਜੇ ਸਾਡੇ ਵੱਸ ਦੇ ਰੋਗ ਨਹੀਂ ਕਰਨੇ ਮੈਚ ਦਾ ਸਮਾਂ ਜਿਹੜਾ ਰੱਬੋ ਵਾਲੇ ਉਹ ਸਮਾਪਤ ਹੋ ਚੁੱਕਿਆ ਇਹ ਮੈਚ ਦਾ ਸਮਾਂ ਜਿਹੜਾ ਸਮਾਪਤ ਆ ਇਹ ਮੈਚ ਦੇ ਵਿੱਚ ਕਿਹੜੀ ਫਾਸਟ ਆਈ ਦੱਸੋ ਇਸ਼ਾਰਾ ਕਰੋ ਜੀ ਨੰਬਰ ਵਾਲਾ ਠੀਕ ਆ ਜੀ ਖਿਆਲੀ ਫਾਸਟ ਸੈਕਿੰਡ ਲੈਣ ਦੋ ਟੀਮਾਂ ਲੱਖ ਲੱਖ ਮੁਬਾਰਕਾਂ ਨੇ ਓਕੇ ਜੀ ਦੋ ਟੀਮਾਂ ਦੇ ਪੈਸੇ ਨੋਨੀ ਕੋਲ ਨੇ ਉਹ ਆਪੇ ਖਿਡਾਰੀ ਆ ਕੇ ਲੈ ਲੈਣ ਬਾਅਦ ਬਾਅਦ ਧੰਨਵਾਦ ਉਹਨੂੰ ਮਾਣ ਸਨਮਾਨ ਕੀਤੇ ਜਾਣੇ ਨੇ ਸਤਿਕਾਰ ਜੋ ਸ਼ਖਸੀਅਤਾਂ ਦੇ ਪ੍ਰਾਈਜ਼ ਲੈ ਲਓ ਜੀ ਆ ਜਾਓ ਦੋ ਟੀਮਾਂ ਇੱਧਰ ਹੀ ਸਿੱਧੀਆਂ ਆ ਜਾਓ ਡਾਇਰੈਕਟ ਹੀ ਕਿਉਂਕਿ ਪਹਿਲਾਂ ਇਨਾਮ ਲੈ ਲਓ
ਤੁਹਾਡੀ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਆਪਣਾ ਇਨਾਮ ਜਿਹੜਾ ਪ੍ਰਾਪਤ ਕਰ ਲੈਣ ਸਾਡੇ ਵੀਰਾਂ ਕੋਲੋਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ASI ਸਰਦਾਰ ਤਰਸੇਮ ਸਿੰਘ ਜੀ ਨਾਲ, ਸਾਡਾ ਵੀਰ ਗੁਰਪ੍ਰੀਤ ਕਨੇਡਾ, ਨਿਰਭੈ ਸਿੰਘ ਜੀ, ਸਾਡਾ ਵੀਰ USA ਵਾਲਾ ਸਰਦਾਰ ਜਗਦੀਪ ਸਿੰਘ ਜੀ, ਸਰਪੰਚ ਸਾਹਿਬ ਜਗਤਾਰ ਸਿੰਘ ਜੀ ਅਤੇ ਸਰਦਾਰ ਦਿਲਬਾਗ ਸਿੰਘ ਜੀ, ਇਹਨਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਹੋਰ ਦੋ ਟੀਮਾਂ ਆ ਗਈਆਂ, ਫਸਟ 42 ਸੈਕਿੰਡ ਲੈਣ, ਨੋਨੀ ਪੈਸੇ ਦੇ ਰਹੇ ਇਹਨਾਂ ਨੇ, ਨੋਨੀ ਕਠਾਲਾ। ਫਸਟ ਟੀਮ ਆ ਜੀ ਨਿਮਾ ਜੀ, ਹੋ ਜਾਓ ਨਾਲ, ਸਾਰੇ ਆ ਜਾਓ। ਫਸਟ ਆ 42, ਫਸਟ ਟੀਮ 42, ਸੈਕਿੰਡ ਜਿਹੜੀ ਟੀਮ ਹੈ ਉਹ ਟੀਮ ਇਸ ਨਗਰ ਦੇ ਮੇਜ਼ਬਾਨ ਮੁੰਡੇ ਆ। ਇਹਨਾਂ ਸਾਰੇ ਕਬੱਡੀ ਦੇ ਖਿਡਾਰੀਆਂ ਦਾ ਬਹੁਤ ਬਹੁਤ ਧੰਨਵਾਦ। ਸਾਡਾ ਬਾਈ ਅਮਰੀਕ UK, ਅਮਰੀਕ ਸਾਡਾ ਵੀ USA ਅਤੇ ਗੁਰਪ੍ਰੀਤ ਸਿੰਘ ਜੀ ਕਹਿੰਦੇ ਬਹੁਤ ਦੇ ਦੌੜਾਕ ਦੇ ਵਿੱਚ ਕਹਿੰਦੇ ਵੱਡਾ ਨਾਂ ਹੈ ਸਾਡੇ ਵੀਰ ਦਾ, ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਫਸਟ 42, ਫਸਟ 42 ਬੜੀ ਮਿਹਰਬਾਨੀ ਸਾਰੇ ਕਬੱਡੀ ਦੇ ਖਿਡਾਰੀਆਂ ਦੇ, ਕਿਉਂਕਿ 5-5, 6-6 ਮੈਚ ਜਿੱਤ ਕੇ ਟੀਮਾਂ ਦੋਨੋਂ ਫਾਈਨਲ ਦੇ ਵਿੱਚ ਪੁੱਜੀਆਂ ਨੇ। ਇਹਨਾਂ ਟੀਮਾਂ ਦਾ ਮਿਹਰਬਾਨੀ, ਬਹੁਤ ਬਹੁਤ ਧੰਨਵਾਦ। ਤਾੜੀਆਂ ਲਾਓ ਇੱਕ ਵਾਰ ਟੀਮ ਦੇ ਨਾਂ ਤੇ, ਕਿਉਂਕਿ ਬਹੁਤ ਬਹੁਤ ਧੰਨਵਾਦ। 5-5, 6-6 ਟੀਮਾਂ ਇਹ ਮੈਚ ਜਿੱਤ ਕੇ ਫਾਈਨਲ 'ਚ ਪੁੱਜੀਆਂ ਨੇ। ਸੈਕਿੰਡ ਟੀਮ ਜਿਹੜੀ ਲਹਿਰ, ਲਹਿਰ ਦੀ ਟੀਮ ਆਵੇ, ਦੋ ਟੀਮਾਂ ਨੂੰ ਮੁਬਾਰਕਾਂ ਨੇ ਜੀ, ਬਹੁਤ ਬਹੁਤ ਧੰਨਵਾਦ ਹੈ ਟੀਮਾਂ ਨੂੰ ਮੁਬਾਰਕਾਂ ਨੇ। ਸੈਕਿੰਡ ਲਹਿਲ, ਲਹਿਲ ਦੀ ਟੀਮ ਜਿਹੜੀ ਸੈਕਿੰਡ ਹੈ, ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਸਰਦਾਰ ਜਗਦੀਪ ਸਿੰਘ ਜੀ, ਸਰਪੰਚ ਸਾਹਿਬ ਜਗਦੀਪ ਸਿੰਘ ਜੀ, ਇਹ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ, ਕਿਉਂਕਿ ਬੜੀ ਮਿਹਨਤ ਕੀਤੀ ਬਾਈ ਨਿੰਮੇ ਉਹਨਾਂ ਨੇ, ਪ੍ਰੀਤ ਉਹਨਾਂ ਨੇ, ਇਹ ਕਬੱਡੀ ਕਪਲ ਨੂੰ ਸਫਲ ਬਣਾਉਣ ਦੇ ਲਈ। ਗੁਰਪ੍ਰੀਤ ਖੜਾ ਸਾਡਾ ਵੀਰ ਕੈਨੇਡਾ ਵਾਲਾ, ਨਿਰਭੈ ਸਿੰਘ ਜੀ USA, ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਤਰਸੇਮ ਸਿੰਘ ਜੀ ASI ਸਾਹਿਬ, ਸਾਰੇ ਹੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ, ਸਾਰਿਆਂ ਨੂੰ ਮੁਬਾਰਕਾਂ ਨੇ। ਕਹਿੰਦੇ ਦੁਨੀਆਂ ਭਰ ਦੇ ਖਿਡਾਰੀ ਅੱਜ 65 ਕਿਲੋ ਵਰਗ ਦੇ ਵਿੱਚ ਖੇਡੇ ਨੇ, ਦੁਨੀਆਂ ਦੇ ਸਿਰੇ ਦੇ ਖਿਡਾਰੀ, ਬਹੁਤ ਬਹੁਤ ਧੰਨਵਾਦ। ਹਾਂਜੀ ਸੁਖਾ ਜੀ, ਹਰਮਿੰਦਰ ਸਿੰਘ ਜੀ ਸਹਾਰ ਮਾਜਰਾ, ਉਹਨਾਂ ਦਾ ਮਾਨ ਸਨਮਾਨ ਹੋ ਰਿਹਾ। ਹਰਮਿੰਦਰ ਸਿੰਘ ਜੀ ਸਹਾਰ ਮਾਜਰਾ, ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਹਰਮਿੰਦਰ ਸਿੰਘ ਜੀ ਸਹਾਰ ਮਾਜਰਾ, ਇਹਨਾਂ ਵੀਰਾਂ ਦਾ ਮਾਨ ਸਨਮਾਨ ਹੋ ਰਿਹਾ, ਜਿਨ੍ਹਾਂ ਦੇ ਯੋਗਦਾਨ ਨੇ ਇਸ ਕਬੱਡੀ ਕੱਪ ਦੇ ਲਈ, ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਹਰਮਿੰਦਰ ਸਿੰਘ ਜੀ ਸਹਾਰ ਮਾਜਰਾ, ਗੁਰਦੀਪ ਸਿੰਘ ਜੀ ਗੋਸਲ, ਗੁਰਦੀਪ ਸਿੰਘ ਜੀ ਗੋਸਲ, ਇਹ ਵੀ ਆਪਣਾ ਮਾਨ ਸਨਮਾਨ ਪ੍ਰਾਪਤ ਕਰ ਲਿਆ। ਗੁਰਦੀਪ ਸਿੰਘ ਜੀ ਗੋਸਲ, ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸਤਵਿੰਦਰ ਸਿੰਘ ਜੀ ਦੌਲਤਪੁਰ ਵਾਲੇ, ਸਾਡੇ ਗਵਾਂਢੀ ਨੇ, ਦੌਲਤਪੁਰ ਵਾਲੇ ਵੀਰ ਆ, ਛੋਟੀ ਉਮਰ ਦੇ ਵਿੱਚ ਵੱਡਾ ਨਾਂ ਚਮਕਾਇਆ ਸਾਡੇ ਵੀਰ ਨੇ। ਤਰਸੇਮ ਸਿੰਘ ਜੀ ASI, ਬੋਲਵਾ ਤਰਸੇਮ ਸਿੰਘ ਜੀ ASI ਸਾਹਿਬ, ਉਹਨਾਂ ਦਾ ਵੀ ਮਾਨ ਸਨਮਾਨ ਹੋ ਰਿਹਾ ਸਾਡੇ ਕਲੱਬ ਵਾਲੇ ਵੀਰਾਂ।